ਉਹ ਬੱਚੇ ਨੂੰ ਤੇ ਵਾਈਫ ਨੂੰ ਸਾਈਡ ਤੇ ਕਰਦੇ ਨੇ ਔਰ ਉਸ ਬੰਦੇ ਨੂੰ ਪ੍ਰੈਸ਼ਰਾਈਜ਼ ਕਰਦੇ ਨੇ, ਉਹਦੇ ਸਾਰੇ ਕੱਪੜੇ ਉਤਾਰੇ ਜਾਂਦੇ ਨੇ, ਪ੍ਰਾਈਵੇਟ ਪਾਰਟਸ ਦੀ ਉਹਦੀ ਵੀਡੀਓ ਬਣਾਈ ਜਾਂਦੀ ਹੈ ਔਰ ਉਸ ਤੋਂ ਬਾਅਦ ਵੀਡੀਓ ਬਣਾਉਣ ਤੋਂ ਬਾਅਦ SHO ਦੀ ਵਾਰਨਿੰਗ ਸੀ ਵੀ ਤੂੰ ਅੱਜ ਤੋਂ ਬਾਅਦ ਚੰਡੀਗੜ੍ਹ ਆਪਣੀ ਵਾਈਫ ਤੇ ਬੱਚੇ ਦੇ ਪਿੱਛੇ ਨਹੀਂ ਆਉਣਾ, ਜੇ ਤੂੰ ਦੇਖਿਆ ਤਾਂ ਤੇਰੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ। ਪਹਿਲਾਂ ਉਹਨਾਂ ਨੂੰ ਉਹਨਾਂ ਦੇ ਜਾਂਦੇ ਜਾਂਦਿਆਂ ਦੇ ਪਿੱਛੋਂ ਇੱਕ ਚਪੇੜ ਲਾਉਂਦੇ ਨੇ, ਉਹਨਾਂ ਉਹਦੇ ਨਾਲ ਉਹਨਾਂ ਦੀ ਗੁਰਸਿੱਖ ਸੰਪੂਰਨ ਅੱਛਾ ਔਰ ਉਹਨਾਂ ਦੀ ਜਿਹੜੀ ਪੱਗ ਸੀ ਉਹ ਸਿਰੋਂ ਉਤਰਦੀ ਹੈ ਔਰ ਉਸ ਤੋਂ ਬਾਅਦ ਉਹ ਕੀ ਕਰਦੇ ਨੇ ਵੀ ਉਹਨੂੰ ਕਹਿੰਦੇ ਨੇ ਤੂੰ ਕੱਪੜੇ ਲਾ। ਉਹ ਦੱਸਦਾ ਵੀ ਮੈਂ ਇੱਕ NGO ਆਫਿਸਰ ਹਾਂ। ਜਿਹੜੇ ਚੰਡੀਗੜ੍ਹ ਪੁਲਿਸ ਦੇ ਵਿਅਕਤੀ ਨੇ ਇਹਨਾਂ ਨੂੰ ਤੁਸੀਂ 2 ਮਹੀਨੇ ਭੇਜੋ ਲੇਹ ਲਦਾਖ ਤੇ 2 ਮਹੀਨੇ ਭੇਜੋ ਤੁਸੀਂ ਇਹਨਾਂ ਨੂੰ ਜੈਪੁਰ, ਜੋਧਪੁਰ, ਜੈਸਲਮੇਰ ਜਿੱਥੇ ਪਾਣੀ ਵੀ ਸਾਨੂੰ ਏਦਾਂ ਲੱਗਦਾ ਕਿ ਗਰਮ ਜੇ ਪੀਤਾ ਨਹੀਂ ਜਾਂਦਾ 58 ਡਿਗਰੀ 'ਚ, ਤੇ ਜਿੱਥੇ ਲੇਹ ਲਦਾਖ ਹੈ ਜਿੱਥੇ ਸਾਨੂੰ ਸਾਹ ਤੱਕ ਨਹੀਂ ਆਉਂਦਾ। ਜਿਹੜਾ ਫੌਜੀ ਵੀਰ ਦੇ ਨਾਲ ਜੋ ਵਾਪਰਿਆ ਉਹ ਥੋੜਾ ਦਰਸ਼ਕਾਂ ਨਾਲ ਸਾਂਝਾ ਕਰੋ ਕਿ ਹੋਇਆ ਕੀ ਹੈ। ਦੇਖੋ ਮੈਂ ਉਹਨਾਂ ਦੇ ਨਾਲ ਤਾਂ ਦੇਖੋ ਇਸ ਤਰੀਕੇ ਦੇ ਨਾਲ ਹੋਇਆ ਜੀ ਵੀ ਆਰਮੀ ਦੇ ਵਿੱਚ ਸੀਗੇ ਮੱਕੜ ਸਾਹਿਬ, ਵਾਈਫ ਨਾਲ ਮੈਟ੍ਰੀਮੋਨੀਅਲ ਡਿਸਪਿਊਟ ਚੱਲਦਾ ਸੀ ਜੀ। ਸੋ ਪੁਲਿਸ ਨੇ ਇੰਟਰਮੀਨਿੰਗ ਨਾਈਟ ਦੀਵਾਲੀ ਵਾਲੇ ਦਿਨ 12 ਨਵੰਬਰ ਨੂੰ ਉਹਨਾਂ ਨੂੰ ਬੁਲਾਉਂਦੇ ਨੇ, ਪਹਿਲਾਂ ਮੁੱਲਾਂਪੁਰ ਗਰੀਬਦਾਸ ਪੁਲਿਸ ਸਟੇਸ਼ਨ ਸਬ ਇੰਸਪੈਕਟਰ ਪਰਮਜੀਤ ਸਿੰਘ ਇਹ ਟ੍ਰੀਟਮੈਂਟ ਕਰਦਾ, ਫਿਰ ਉਹਨਾਂ ਦੀ ਵਾਈਫ ਸੀਗੇ ਚੰਡੀਗੜ੍ਹ ਸੈਕਟਰ 11 ਪੁਲਿਸ ਸਟੇਸ਼ਨ, ਉੱਥੇ ਕੌਂਸਟੇਬਲ ਸੀਨੀਅਰ ਕੌਂਸਟੇਬਲ ਨੇ, ਉਸ ਤੋਂ ਬਾਅਦ ਉੱਥੇ ਬੁਲਾਏ ਜਾਂਦੇ ਨੇ, ਬੱਚਾ ਉਹਨਾਂ ਦੀ ਗੋਦੀਆਂ ਚੜ੍ਹਦਾ, ਬੱਚਾ ਸਾਈਡ 'ਤੇ ਭੇਜ ਕੇ ਸਬਸੀਕੁਐਂਟਲੀ ਉਹ ਕਰਦੇ ਕੀ ਨੇ ਕਿ 2-3 ਮੈਂ ਬਦਮਾਸ਼ ਵਰਡ ਯੂਜ਼ ਕਰਾਂਗਾ ਕਿਉਂਕਿ ਉਹ ਸਿਵਲ ਕੱਪੜਿਆਂ 'ਤੇ ਸਨ, ਉਹ ਬੰਦੇ ਆ ਕੇ ਪਹਿਲਾਂ ਉਹਨਾਂ ਨੂੰ ਧੱਕਾ ਮੁੱਕੀ, ਉਸ ਤੋਂ ਬਾਅਦ ਫਿਰ ਇੱਕ ਕਮਰੇ ਦੇ ਵਿੱਚ ਲੈ ਜਾਂਦੇ ਨੇ ਪੁਲਿਸ ਕਸਟਡੀ 'ਚ, ਪੁਲਿਸ ਕਸਟਡੀ ਦੇ ਵਿੱਚ ਸੈਕਟਰ 11 ਪੁਲਿਸ ਸਟੇਸ਼ਨ ਦੇ ਅੰਦਰ ਇਨ ਦੀ ਪ੍ਰੈਜੈਂਸ ਆਫ SHO ਮਲਕੀਤ ਸਿੰਘ। ਹੁਣ ਉਹ ਕਰਦੇ ਕੀ ਨੇ ਵੀ ਪਹਿਲਾਂ ਉਹਨਾਂ ਨੂੰ ਉਹਨਾਂ ਦੇ ਜਾਂਦੇ ਜਾਂਦਿਆਂ ਦੇ ਪਿੱਛੋਂ ਇੱਕ ਚਪੇੜ ਲਾਉਂਦੇ ਨੇ, ਉਹਨਾਂ ਉਹਦੇ ਨਾਲ ਉਹਨਾਂ ਦੀ ਗੁਰਸਿੱਖ ਸੰਪੂਰਨ ਅੱਛਾ ਔਰ ਉਹਨਾਂ ਦੀ ਜਿਹੜੀ ਪੱਗ ਸੀ ਉਹ ਸਿਰੋਂ ਉਤਰਦੀ ਹੈ ਔਰ ਉਸ ਤੋਂ ਬਾਅਦ ਉਹ ਕੀ ਕਰਦੇ ਨੇ ਵੀ ਉਹਨੂੰ ਕਹਿੰਦੇ ਨੇ ਤੂੰ ਕੱਪੜੇ ਲਾ। ਉਹ ਦੱਸਦਾ ਵੀ ਮੈਂ ਇੱਕ NGO ਆਫਿਸਰ ਹਾਂ, ਨੋਨ ਕਮਿਸ਼ਨਡ ਆਫਿਸ ਜਿਹੜੇ ਆ, ਨੋਨ ਗਸਟਡ ਆਫਿਸਰ ਆਪਾਂ ਕਹਿ ਦਿੰਦੇ ਹਾਂ ਜੀ। ਉਹ ਕਹਿੰਦੇ ਯਾਰ ਵੀ ਤੁਸੀਂ, ਮੈਂ ਵੀ ਆਰਮੀ ਦਾ ਪਰਸਨ ਹਾਂ, ਮੇਰਾ ਮੈਟ੍ਰੀਮੋਨੀਅਲ ਡਿਸਪਿਊਟ ਮੇਰੀ ਵਾਈਫ ਨਾਲ ਹੈ, ਬੱਚਾ ਮੇਰਾ ਸਾਹਮਣੇ ਖੜਾ, ਕੀ ਇਹ ਚੀਜ਼ ਤੁਹਾਡੇ ਪਾਰਟ 'ਤੇ ਠੀਕ ਹੈ? ਉਹ ਬੱਚੇ ਨੂੰ ਤੇ ਵਾਈਫ ਨੂੰ ਸਾਈਡ 'ਤੇ ਕਰਦੇ ਨੇ ਔਰ ਉਸ ਬੰਦੇ ਨੂੰ ਪ੍ਰੈਸ਼ਰਾਈਜ਼ ਕਰਦੇ ਨੇ, ਉਹਦੇ ਸਾਰੇ ਕੱਪੜੇ ਉਤਾਰੇ ਜਾਂਦੇ ਨੇ, ਪ੍ਰਾਈਵੇਟ ਪਾਰਟਸ ਦੀ ਉਹਦੀ ਵੀਡੀਓ ਬਣਾਈ ਜਾਂਦੀ ਹੈ ਔਰ ਉਸ ਤੋਂ ਬਾਅਦ ਵੀਡੀਓ ਬਣਾਉਣ ਤੋਂ ਬਾਅਦ SHO ਦੀ ਵਾਰਨਿੰਗ ਸੀ ਵੀ ਤੂੰ ਅੱਜ ਤੋਂ ਬਾਅਦ ਚੰਡੀਗੜ੍ਹ ਆਪਣੀ ਵਾਈਫ ਤੇ ਬੱਚੇ ਦੇ ਪਿੱਛੇ ਨਹੀਂ ਆਉਣਾ, ਜੇ ਤੂੰ ਦੇਖਿਆ ਤਾਂ ਤੇਰੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਾਂਗਾ। ਮੱਕੜ ਸਾਹਿਬ ਇਹ ਹਾਲਾਤ ਬਣੇ, ਉਹਨਾਂ ਨੇ ਜਾ ਕੇ ਆਪਣੇ ਉੱਥੇ ਜਿੱਥੋਂ ਪੋਸਟਿੰਗ ਸੀ, ਪਹਿਲਾਂ ਕੁਪਵਾੜੇ ਸ਼੍ਰੀਨਗਰ ਰਹੇ, ਫਿਰ ਹੁਣ ਜਿੱਥੇ ਪੋਸਟਿੰਗ ਸੀ, ਕਿਉਂਕਿ ਮਾਮਲਾ ਬੜਾ ਸ਼ਰਮਨਾਕ ਹੈ, ਮੈਂ ਦੱਸਾਂਗਾ ਨਹੀਂ ਵੀ ਕਿੱਥੇ ਪੋਸਟਿੰਗ ਹੈ, ਉਹ ਆਪਣੇ ਕਰਨਲ ਸਾਹਿਬ ਨੂੰ ਕਮਿਸ਼ਨਡ ਆਫਿਸਰ ਨੂੰ ਜਾ ਕੇ ਦੱਸਦੇ ਨੇ, ਕਮਿਸ਼ਨਡ ਆਫਿਸਰ SSP ਚੰਡੀਗੜ੍ਹ ਨੂੰ ਲੈਟਰ ਲਿਖਦਾ ਵੀ ਆਹ ਕੁਛ ਸਾਡੇ ਸਿੱਖ ਜਿਹੜਾ ਸੈਨਾਪਤੀ ਸੋਲਜਰ ਕਹਿ ਲਈਏ ਵੀ ਆਹ ਕੁਛ ਤੁਹਾਡੀ ਜਿਹੜੀ ਚੰਡੀਗੜ੍ਹ ਪੁਲਿਸ ਨੇ ਕੀਤਾ, ਸੋ ਤੁਸੀਂ ਸਖ਼ਤ ਕਾਰਵਾਈ ਕਰੋ। ਹੈਰਾਨੀ ਵਾਲੀ ਗੱਲ ਕੀ ਬਣਦੀ ਹੈ ਮੱਕੜ ਸਾਹਿਬ, SSP ਸਾਹਿਬ ਉਸ ਮੈਟਰ ਨੂੰ, ਕਰਨਲ ਦੀ ਲੈਟਰ ਨੂੰ, ਕੰਪਲੇਂਟ ਨੂੰ ਇੱਕ ASI ਨੂੰ ਮਾਰਕ ਕਰ ਦਿੰਦੇ ਨੇ ਵੀ ਤੂੰ ਇਨਵੈਸਟੀਗੇਸ਼ਨ ਸ਼ੁਰੂ ਕਰ। ਸੋ ਸਬਸੀਕੁਐਂਟਲੀ ਮੈਂ ਆਪਣੇ ਵੱਲੋਂ ਰਿਪ੍ਰੈਜੈਂਟੇਸ਼ਨ ਲਾਉਣਾ ਕਿਉਂਕਿ ਮਾਮਲਾ ਸਾਰਾ ਸਾਡੇ ਧਿਆਨ 'ਚ ਆ ਗਿਆ, ਜਦੋਂ ਚਾਰੇ ਪਾਸੇ ਮੱਕੜ ਸਾਹਿਬ ਸਾਡੇ ਹੱਥ ਖੜੇ ਹੁੰਦੇ ਨੇ ਤਾਂ ਫਿਰ ਅਸੀਂ ਫਾਈਨਲੀ ਜਾ ਕੇ ਮਾਣਯੋਗ ਹਾਈਕੋਰਟ ਦਾ 1 ਫਰਵਰੀ ਨੂੰ ਦਰਵਾਜ਼ਾ ਖੜਕਾਉਂਦੇ ਹਾਂ ਔਰ ਉਹਦੇ 'ਚ ਮਾਣਯੋਗ ਹਾਈਕੋਰਟ ਨੇ ਵੱਡਾ ਇੱਕ ਰਿਮਾਰਕੇਬਲ ਆਰਡਰ ਪਾਸ ਕੀਤਾ, ਉਹਨਾਂ ਨੇ DGP ਪੰਜਾਬ ਤੇ DGP ਚੰਡੀਗੜ੍ਹ SSP ਚੰਡੀਗੜ੍ਹ ਤੋਂ ਸਟੇਟਸ ਰਿਪੋਰਟ ਮੰਗੀ ਹੈ
ਸਾਰੇ ਮਾਮਲੇ ਦੀ ਜੋ ਬਰੂਟੈਲਿਟੀ ਇਹਨਾਂ ਨੇ ਕੀਤੀ ਹੈ, ਧੱਕਾਸ਼ਾਹੀ ਉਹਨਾਂ ਦੇ ਨਾਲ ਕੀਤੀ ਹੈ, ਔਰ ਉਦੋਂ ਬਾਅਦ ਉਹਨਾਂ ਨੂੰ ਇਹ ਮੈਨੂੰ ਕਹਿੰਦੇ ਵੀ ਘੁੰਮਣ ਸਾਹਿਬ ਕੀ ਤੁਸੀਂ ਸੈਟਿਸਫਾਈਡ ਹੋ, ਤੁਹਾਡਾ ਆਰਮੀ ਪਰਸਨ ਸੈਟਿਸਫਾਈਡ ਹੈ? ਮੈਂ ਕਿਹਾ ਜੀ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਸਾਰੀ ਸੀਸੀਟੀਵੀ ਫੁਟੇਜ ਅੰਦਰ ਬਾਹਰ ਦੀ ਸਾਰੀ ਨੂੰ ਤੁਸੀਂ ਪ੍ਰਜ਼ਰਵ ਕਰਾਓ। ਤੇ ਉਹਨਾਂ ਨੇ ਉਹ ਵੀ ਆਰਡਰ ਜਿਹੜਾ ਸੀ ਮਾਨ ਜੋ ਕੋਰਟ ਨੇ ਸਾਡਾ ਕੀਤਾ, ਔਰ ਮੈਨੂੰ ਲੱਗਦਾ ਵੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਕਮਿਸ਼ਨਡ ਆਫਿਸਰ ਬ੍ਰਿਗੇਡੀਅਰ ਸਾਹਿਬ ਨੇ ਇੱਕ ਲੈਟਰ ਲਿਖੀ ਹੈ ਜਥੇਦਾਰ ਸਾਹਿਬ ਅਕਾਲ ਤਖ਼ਤ ਸਾਹਿਬ ਨੂੰ, ਅੱਛਾ, ਵੀ ਤੁਸੀਂ ਇਸ ਮਾਮਲੇ ਦੇ ਵਿੱਚ ਦਖਲ ਦਵੋ ਤੇ ਤੁਸੀਂ ਜਿਹੜੀ ਸਿੱਖ ਤੁਸੀਂ ਕਹੋ ਵੀ ਜਿਹੜੀ ਸਾਡੀ ਰਿਪ੍ਰੈਜੈਂਟੇਸ਼ਨ ਹੈ ਆਰਮੀ 'ਚ, ਜਿਹੜੀਆਂ ਸਾਡੀਆਂ ਸਿੱਖ ਰੈਜੀਮੈਂਟਸ ਨੇ, ਵੀ ਉਹਨਾਂ ਦੇ ਹਿਰਦੇ ਬਲੁੰਦਰੇ ਗਏ ਨੇ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸੋ ਅਸੀਂ ਇਹ ਚਾਹੁੰਦੇ ਹਾਂ ਮੱਕੜ ਸਾਹਿਬ ਵੀ ਤੁਸੀਂ ਜਿਹੜਾ ਇਨੀਸ਼ੀਏਟਿਵ ਲਵੋ, DGP ਸਾਹਿਬ ਨੂੰ ਕਹਿ ਕੇ ਪੰਜਾਬ ਤੇ ਚੰਡੀਗੜ੍ਹ ਨੂੰ ਇਹਨਾਂ ਦੇ ਖਿਲਾਫ 295 ਦਾ ਜਿਹੜਾ ਇਮੀਡੀਏਟਲੀ ਪਰਚਾ ਦਰਜ ਹੋਣਾ ਚਾਹੀਦਾ। ਸੋ ਇਹ ਇੱਕ ਦੋ ਦਿਨਾਂ ਦੇ ਵਿੱਚ ਇਹੋ ਜਿਹਾ ਸਿਮਿਲਰ ਕੇਸ ਮੇਰੇ ਯਾਦ ਆ ਰਿਹਾ, ਸ਼ਾਇਦ ਪਿੱਛੇ ਜੇ ਖੰਨੇ ਵੀ ਮੈਂ ਤੋਂ ਹੋਇਆ ਸੀ ਸਰਦਾਰ ਜੋਗੀ ਦਾ ਕੇਸ ਹੋਇਆ ਜੀ। ਮੈਂ ਨਾ ਤੁਹਾਡੇ ਨਾਲ ਇੱਕ ਚੈਨਲ ਰਾਹੀਂ ਅੱਜ ਇੱਕ ਗੱਲ ਕਹਿ ਕੇ ਜਾਊਂਗਾ ਕਿ ਇੱਕ ਖੰਨੇ ਹੋ ਰਿਹਾ, ਇੱਕ ਚੰਡੀਗੜ੍ਹ ਹੋ ਰਿਹਾ, ਕਿਤੇ ਸਟੇਟ 'ਚ ਕਿਤੇ ਹੋ ਰਿਹਾ ਯਾਰ। ਜਦੋਂ ਆਪਾਂ ਕਿਸੇ ਵਿਅਕਤੀ ਨੂੰ, ਗੁਰਸਿੱਖ ਵਿਅਕਤੀ ਨੂੰ, ਤੁਸੀਂ ਮੈਂਟੈਲਿਟੀ ਦੇਖੋ, ਜੇ ਅਸੀਂ ਕਿਸੇ ਨੂੰ ਇਹ ਕਹਿੰਦੇ ਹਾਂ ਕਿ ਯਾਰ ਤੂੰ ਕੱਪੜੇ ਲਾ, ਉਹਨੂੰ ਨੰਗਾ ਤੇ ਕਰ ਲਿਆ, ਤੁਸੀਂ ਵੀਡੀਓ ਵੀ ਬਣਾ ਲਈ, ਉਹ ਭਾਜੀ ਤੁਸੀਂ ਇਹ ਤਾਂ ਦੇਖੋ ਵੀ ਉਹ ਰਾਤ ਨੂੰ ਉਹਨੂੰ ਜੋ ਤੁਸੀਂ ਜਲੀਲ ਕੀਤਾ ਹੈ, ਔਰ ਕਿਹੜਾ ਬੰਦਾ ਜਿਹੜਾ ਬੰਦਾ 24 ਘੰਟੇ ਗੰਨ ਫੜ ਕੇ ਕੁਪਵਾੜੇ ਸਾਡੀ ਰਾਖੀ ਕਰਦਾ। ਜੇ ਅੱਜ ਅਸੀਂ ਇੱਥੇ ਨਿੱਘ ਭੋਗ ਰਹੇ ਹਾਂ ਤੇ ਉਹ ਮੱਖਣ ਸਾਹਿਬ ਸਿਰਫ ਤੇ ਸਿਰਫ ਆਰਮੀ ਦੇ ਸਿਰ ਤੇ ਹੈ। ਦੇਖੋ ਰਾਤਾਂ ਨੂੰ ਮੇਰੀ ਕੱਲ ਸਰ ਇੱਕ ਬੰਦੇ ਨਾਲ ਗੱਲ ਹੋਈ, ਆਰਮੀ ਪਰਸਨ ਸੀ, ਰੋ ਪਿਆ ਉਹ ਕਹਿੰਦਾ ਵਕੀਲ ਸਾਹਿਬ ਦੀ ਮੈਂ ਇੰਟਰਵਿਊ ਸੁਣੀ ਹੈ, ਕਹਿੰਦਾ ਸਰ ਇਹਨਾਂ ਵਿਅਕਤੀਆਂ ਨੂੰ ਜਿਹੜੇ ਚੰਡੀਗੜ੍ਹ ਪੁਲਿਸ ਦੇ ਵਿਅਕਤੀ ਨੇ, ਇਹਨਾਂ ਨੂੰ ਤੁਸੀਂ 2 ਮਹੀਨੇ ਭੇਜੋ ਲੇਹ ਲਦਾਖ, ਤੇ 2 ਮਹੀਨੇ ਭੇਜੋ ਤੁਸੀਂ ਇਹਨਾਂ ਨੂੰ ਜੈਪੁਰ, ਜੋਧਪੁਰ, ਜੈਸਲਮੇਰ, ਜਿੱਥੇ ਪਾਣੀ ਵੀ ਸਾਨੂੰ ਏਦਾਂ ਲੱਗਦਾ ਵੀ ਗਰਮ ਜੇ ਪੀਤਾ ਨਹੀਂ ਜਾਂਦਾ 58 ਡਿਗਰੀ 'ਚ, ਤੇ ਜਿੱਥੇ ਲੇਹ ਲਦਾਖ ਹੈ ਜਿੱਥੇ ਸਾਨੂੰ ਸਾਹ ਤੱਕ ਨਹੀਂ ਆਉਂਦਾ। ਸੋ ਮੇਰੇ ਕਹਿਣ ਤੋਂ ਭਾਵ ਹੈ ਕਿ ਜੇਕਰ ਅਸੀਂ ਆਰਮੀ ਦਾ, ਜਵਾਨਾਂ ਦਾ ਕਿ ਅਸੀਂ ਜਲੀਲ ਕਰਕੇ ਭੇਜਿਆ ਵੀ ਹੁਣ ਕਰ ਜਾ ਕੇ ਨੌਕਰੀ, ਮੈਂ ਤੁਹਾਡੇ ਚੈਨਲ ਰਾਹੀਂ ਇਹ ਗੱਲ ਕਹੂੰਗਾ ਕਿ ਆਰਮੀ ਨੂੰ ਸਾਰੇ ਸੂਟ ਕਰਦੇ ਆ। ਇਹ ਤਾਂ ਸਰ ਫੌਜੀ ਸਾਹਿਬ ਤਾਂ ਸਾਹਮਣੇ ਆ ਗਏ, ਕਰਨਲ ਸਾਹਿਬ ਪਿੱਛੇ ਲੱਗ ਗਏ, ਕਿੰਨੇ ਵਿਅਕਤੀ ਨੇ ਜਿਹੜੇ ਸਾਹਮਣੇ ਨਹੀਂ ਆਉਂਦੇ, ਕੈਮਰੇ ਤੇ ਨਹੀਂ ਆਉਂਦੇ, ਜਾਂ ਉਹਨਾਂ ਨੂੰ ਇਹ ਲੱਗਦਾ ਯਾਰ ਹਾਈ ਕੋਰਟ ਤੇ ਜਾਵਾਂਗੇ, ਵਕੀਲਾਂ ਨੂੰ ਕਰਾਂਗੇ, ਖਰਚੇ ਹੋਣਗੇ, ਔਰ ਆਪਣੀ ਹੀ ਇੱਜ਼ਤ ਜਿਹੜੀ ਏ ਉਹ ਮਿੱਟੀ ਚ ਰੋਲਾਂਗੇ। ਮਨ ਸਾਹਿਬ ਪ੍ਰੋਫੈਸ਼ਨ ਨੂੰ ਪਾਸੇ ਰੱਖਦੇ ਹੋ, ਹਾਂਜੀ, ਇੱਕ ਸਿੱਖ ਹੋਣ ਦੇ ਨਾਤੇ ਗੱਲਾਂ ਤੁਹਾਨੂੰ ਜਜ਼ਬਾਤੀ ਨਹੀਂ ਕਰਦੀਆਂ ਇਹੋ ਜਿਹੇ ਜਦੋਂ ਕੇਸ ਆਉਂਦੇ ਆ, ਤੁਹਾਡਾ ਮਨ, ਤੁਹਾਡਾ ਹਿਰਦਾ ਵਲੁੰਦਰਿਆ ਨਹੀਂ ਜਾਂਦਾ? ਸਰ ਜਿਸ ਦਿਨ ਪਹਿਲੇ ਦਿਨ ਉਹਨਾਂ ਦਾ ਫੋਨ ਆਉਂਦਾ ਨਾ, ਮੈਂ ਤੇ ਬ੍ਰਦਰ ਨੂੰ, ਤਾਂ ਮੈਨੂੰ ਜਦੋਂ ਉਹਨਾਂ ਦੀ ਗੱਲ ਸੁਣੀ ਤਾਂ ਮੈਨੂੰ ਐਂ ਲੱਗਿਆ ਕਿ ਯਾਰ ਵੀ ਪਤਾ ਨਹੀਂ, ਕਿਉਂਕਿ ਫੋਨ ਆਇਆ ਸੀ। ਜਦੋਂ ਵਿਅਕਤੀ ਸਾਡੇ ਚੈਂਬਰ 'ਚ ਆਉਂਦਾ ਹੈ ਔਰ ਉਹਨੇ ਗੱਲ ਕੀਤੀ ਤਾਂ ਮੇਰੀਆਂ ਅੱਖਾਂ 'ਚ ਪਾਣੀ ਸੀ। ਮੈਂ ਕਿਹਾ ਯਾਰ ਵੀ ਅਸੀਂ ਉਹ ਬੰਦੇ ਹਾਂ ਕਿ ਜਿਨ੍ਹਾਂ ਨੇ ਅਸੀਂ ਨਿੱਘ ਭੋਗਦੇ ਹਾਂ, ਤੁਹਾਡੇ ਸਿਰ 'ਤੇ ਭੋਗਦੇ ਹਾਂ ਸਾਰਾ, ਭਾਵੇਂ ਉਹ ਪੁਲਿਸ ਏ, ਡਾਕਟਰਸ ਨੇ, ਲੋਇਰਸ ਨੇ, ਜੱਜਿਸ ਨੇ, ਅਸੀਂ ਨਿੱਘ ਕਿੱਥੇ ਭੋਗਦੇ ਹਾਂ, ਔਰ ਸਾਨੂੰ ਮਾਣ ਕੀ ਏ ਸਾਡੀ ਆਰਮੀ 'ਤੇ ਯਾਰ। ਜੇ ਅਸੀਂ ਆਰਮੀ ਨਾਲ ਹੀ, ਉਹ ਵੀ ਗੁਰਸਿੱਖ ਬੰਦੇ ਨਾਲ ਯਾਰ ਡਿਸਟਰਬ ਕਰਦੀਆਂ, ਹਾਂਜੀ ਕਈ ਕਈ ਦਿਨ ਭਾਜੀ ਮੱਕੜ ਸਾਹਿਬ ਡਿਸਟਰਬ ਰਹਿੰਦੇ ਆ ਇਸ ਚੀਜ਼ ਨਾਲ। ਅੱਛਾ ਫਿਰ ਲੜਾਈ, ਚਲੋ ਅਸੀਂ ਤਾਂ ਲੜੀ, ਆ ਜਾ ਕੇ ਰਹਿ ਕੀ ਜਾਂਦਾ, ਕੋਟਾਂ ਰਹਿ ਜਾਂਦੀਆਂ ਨੇ, ਦੋ ਹਥਿਆਰ ਨੇ ਜੀ। ਕਿਸੇ ਵੀ ਵਿਅਕਤੀ ਨਾਲ ਜਦੋਂ ਧੱਕਾ ਹੁੰਦਾ ਹੈ ਜਾਂ ਤਾਂ ਕੋਰਟਸ ਨੂੰ ਅਪਰੋਚ ਕਰਦਾ, ਜਾਂ ਫਿਰ ਅੱਜ ਤੁਹਾਡਾ ਜਿਹੜਾ ਥੰਬ ਜਿਹੜਾ ਵੱਡਾ ਜਰਨਲਿਜ਼ਮ ਦਾ, ਅਗਲੇ ਉਹਦੇ ਤੇ ਦਰਵਾਜ਼ਾ ਖੜਕਾਉਂਦੇ ਨੇ। ਹੁਣ ਸਰ ਇਸ ਚੀਜ਼ 'ਚ ਮੱਕੜ ਸਾਹਿਬ ਕਲਾਇੰਟ ਨੂੰ ਮੋਟੀਵੇਟ ਕਰਨਾ ਬੜਾ ਔਖਾ। ਮੈਂ ਪਹਿਲਾਂ ਉਹ ਡੇਅਰ ਨਹੀਂ ਸੀ ਕਰਦਾ, ਉਹ ਕਹਿੰਦਾ ਸਰ ਮੈਂ ਹਾਈ ਕੋਰਟ ਆ ਜਾਊਂਗਾ, ਪਰ ਸਰ ਮੈਂ ਕਿਸੇ ਵੀ ਕੈਮਰਾ ਦੇ ਅੱਗੇ ਬੈਠਣ ਦੀ ਮੇਰੀ ਜ਼ਰੂਰਤ ਨਹੀਂ।
ਫਿਰ ਵਿਚਾਰਾ ਕਵੇ ਸਰ ਮੇਰਾ ਚਿਹਰਾ ਨਾ ਆ ਜਾਵੇ। ਤੁਸੀਂ ਇਹ ਦੇਖੋ ਵੀ ਉਹਦੀ ਰੈਜੀਮੈਂਟ ਦੇ ਵਿੱਚ ਅੱਜ ਉਹ ਕੀ ਕਹਿਣਗੇ ਲੋਕ, ਤੁਸੀਂ ਦੱਸੋ ਮੈਨੂੰ ਵੀ ਇਹ ਵਿਅਕਤੀ ਜਿਹੜਾ ਇਹ ਜਲਾਲਤ ਲੈ ਕੇ ਆਇਆ ਉੱਥੋਂ, ਔਰ ਕਹਾਣੀ ਫਿਰ ਉੱਥੇ ਦੀ ਉੱਥੇ ਹੀ ਹੈ। ਮੱਕੜ ਸਾਹਿਬ ਮੈਨੂੰ ਇੱਕ ਗੱਲ ਲੱਗਦੀ ਹੈ ਵੀ ਜਿਹੜੀ ਸਾਡੀ ਪੰਜਾਬੀਆਂ ਦੀ ਕੌਮ ਹੈ ਨਾ, ਮੈਂ ਪੰਜਾਬੀਆਂ ਦੀ ਕੌਮ ਕਹਿ ਰਿਹਾ, ਇਹ ਕੌਮ ਨੂੰ ਤੁਸੀਂ ਕਦੀ ਬੰਨ ਕੇ ਨਹੀਂ ਬਿਠਾ ਸਕਦੇ। ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ।